मर जाना मार जाना आम गल्लां ने, हर जाना हार जाना आम गल्लां ने, मत्थे खास ही मुसीबतां ना डौंदे हुंदे आ बंदे टामे 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 लेखा नूं हराउंदे हुंदे आ। लेखा नूं हराउण वाले योधियो बुलाओ फतेह। वाहेगुरु जी का खालसा वाहेगुरु जी की फतेह। जिथे ये अंदोलन पंजाब हरियाणा यूपी उत्तराखंड ते सारे भारत दीयां हद्दां नूं क्रॉस करके हुण एक अंदोलन दुनिया का अंदोलन बन चुकिया। सारी दुनिया च शांति पसंद लोग, अंदोलनकारी लोग, न्याय पसंद लोग हुण इस थोड़े अंदोलन तो आस लाई बैठे ने। यह अंदोलन बिल्लां दी लड़ाई तो किते बहुत गांह लंघ चुकिया। यह अंदोलन ने कई इतिहास सिरजे ने ते कई सिरजने ने, पर उहदे लई मैं तुहानूं दो तीन बेनतियां जरूर करना आ। जिहड़े सानू कहिंदे ने ना गोदी मीडिया कहिंदा वी इह पिकनिक मनाउंदे ने इत्थे, उहदा साडियां लाशां नहीं देख रिहा। असीं 60 तों वध लाशां घरां नूं तोड़ चुके हां, पर मैं यूथ नूं जरूर एक बेनती करदा, मिहनत करदा वी यार आपां तां लाशां देखीए ना अपणियां। मैनू अफसोस ना कहना पै रहा, तुसीं बड़े जिम्मेवार हो, चार महीनों तो अंदोलन चला रहे हो, पर यार असीं अथने नचदे किहड़ी गल्लों आ यार। पहली गल तां पोह दा महीना चलदा ते असीं थल्ले पैण वाले लोक हाँ उह इहनां दिनां च। ते अगली गल अपणियां माइयां ने सारी दिहाड़ी तां 20 लख बंदे नूं अन्न पका के खवाउंदियां ने, अथने तुसीं छिट छिट ला के लरकरे मारन लग जांदे आ, इहनां ने देणा यार अपना कुछ। ਤਾਂ ਵੀਰ ਬਣ ਕੇ ਮਿਹਨਤੀ ਆ, ਮੈਂ ਕੋਈ ਬਾਹਲਾ ਸਿਆਣਾ ਨਹੀਂ ਤੁਹਾਡੇ ਨਾਲੋਂ, ਤੁਸੀਂ ਵੱਧ ਯੋਧੇ ਹੋ ਮੇਰੇ ਨਾਲੋਂ, ਵੱਧ ਤਕੜੇ ਹੋ, ਪਰ ਯਾਰ ਨਾ ਉਹ ਨਾ ਕਰਿਆ ਕਰੋ। ਆਪਾਂ ਕੱਢ ਲਾਂਗੇ ਡਮਕ ਨੱਚਣ ਨੁੱਚਣ ਵਾਲਾ ਸਾਰਾ, ਕਿਹਨਾਂ ਇੱਥੋਂ ਫਤਿਹ ਪਾ ਲਈਏ ਹੈ ਨਾ। ਇਹ ਚੀਜ਼ ਕੋਈ ਆਪਾਂ ਨੱਚਦੇ ਤੁਸੀਂ 10 ਬੰਦੇ ਹੋ, ਉਹ ਸਾਰੇ ਅੰਦੋਲਨ ਦੀ ਆਪਣੀ ਬਦਨਾਮੀ ਹੋ ਜਾਂਦੀ ਆ, ਕਿਉਂਕਿ ਜਿਹੜਾ ਗੋਦੀ ਮੀਡੀਆ ਉਹਦਾ ਫੁਟੇਜ ਹੀ ਉਹ ਲੈ ਕੇ ਜਾਂਦਾ। ਇਹ ਹੁਣ ਨਾ ਤਾਂ ਸਾਡੇ ਰੋਕਿਆਂ ਰੁਕਣਾ, ਨਾ ਇਹ ਬਾਪੂਆਂ ਦੇ ਕਹਿਣ ਨਾਲ ਰੁਕਣਾ, ਇਹ ਵੀ ਯੂਥ ਨੂੰ ਹੀ ਨਾਲ ਦੇ ਰੋਕਣੇ ਪੈਣੇ ਆ। ਹੈ ਤਾਂ ਉਹ ਆਪਣੇ ਨਾਲ ਦੇ ਭਰਾ ਭਾਈ ਨੇ, ਉਹ ਕਿਹੜਾ ਬਗਾਨੇ ਨੇ ਜਿਹੜੇ ਨੱਚਦੇ ਨੇ, ਤੁਸੀਂ ਨਾਲ ਦੇ ਉਹਨਾਂ ਦਾ ਗੁੱਟ ਫੜਿਆ ਕਰੋ ਵੀ ਨਾ ਯਾਰ ਵੀਰੇ ਇਉਂ ਨਹੀਂ ਕਰਨਾ, ਇਹ ਆਪਾਂ ਇਹ ਮੌਕਾ ਮੇਲ ਨਹੀਂ ਹੈਗਾ ਨੱਚਣ ਦਾ, ਆਪਾਂ ਲੜ ਰਹੇ ਹਾਂ ਯਾਰ, ਬਰੂਦ ਦੇ ਢੇਰ ਤੇ ਬੈਠੇ ਹਾਂ ਆਪਾਂ ਰੋਜ਼। ਇੱਥੇ ਆਪਾਂ ਨੱਚਦੇ ਰੌਲਾ ਪਾਉਂਦੇ ਨਹੀਂ ਚੰਗੇ ਲੱਗਦੇ। ਜਥੇਬੰਦੀਆਂ 'ਤੇ ਭਰੋਸਾ ਬਣਾ ਕੇ ਇਹਨਾਂ ਦੇ ਨਾਲ ਬਾਹਾਂ ਬਣੀਆਂ ਇਹਨਾਂ ਦੀਆਂ ਬਹੁਤ, ਜੇ ਆਪਾਂ ਇੱਥੋਂ ਤੱਕ ਆਏ ਹਾਂ ਇਹ ਤੁਸੀਂ ਲੈ ਕੇ ਆਏ ਹੋ ਹੈ ਨਾ, ਪਰ ਗਾਂ ਵੀ ਤੁਹਾਡੀ ਸਿਆਣਪ ਦੀ ਬਹੁਤ ਲੋੜ ਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਾ, ਅੰਦੋਲਨ ਇਹ ਅੰਦੋਲਨ ਹੁਣ ਬਿੱਲਾਂ ਦਾ ਜਾਂ ਆਪਣਾ ਨਹੀਂ ਹੈਗਾ, ਇਹ ਅੰਦੋਲਨ ਦੁਨੀਆ ਦਾ ਬਣ ਗਿਆ। ਆਪਾਂ ਯਾਰ ਆਪਾਂ ਤਾਂ 20 ਲੱਖ ਬੰਦਾ 25 ਲੱਖ ਲੜ ਰਹੇ ਹਾਂ, 25 ਲੱਖ ਬੰਦਾ ਵਿੱਚੋਂ ਇੱਕ ਬੰਦਾ ਗਲਤੀ ਕਰਕੇ ਸਾਰੀ ਦੁਨੀਆ ਦਾ ਦਿਲ ਤੋੜ ਦੇਵੇ, ਇਹ ਕਿੱਥੋਂ ਦਾ ਇਨਸਾਫ ਆ ਯਾਰ। ਆਪਾਂ ਦੁਨੀਆ ਭਰ ਦੇ ਅੰਦੋਲਨਕਾਰੀ ਲੋਕਾਂ ਦਾ ਦਿਲ ਨਹੀਂ ਟੁੱਟਣ ਦੇਣਾ, ਜੇ ਉਹ ਆਪਣੇ ਨਾਲ ਦੁਨੀਆ ਦਾ ਮੀਡੀਆ ਜਾਂ ਦੁਨੀਆ ਦੇ ਜਿਹੜੇ ਸ਼ਾਂਤੀ ਪਸੰਦ ਨਿਆਂ ਪਸੰਦ ਲੋਕ ਨੇ, ਜੇ ਉਹ ਆਪਣੇ ਲਈ ਟਰੂਡੋ ਵਰਗੇ ਹਾ ਦਾ ਨਾਰਾ ਮਾਰਦੇ ਨੇ, ਉਹ ਪਤਾ ਕਿਉਂ ਮਾਰਦੇ ਨੇ? ਆਪਾਂ ਪੀਸਫੁੱਲ ਬੈਠੇ ਹਾਂ, ਆਪਾਂ ਸ਼ਾਂਤੀ ਨਾਲ ਬੈਠੇ ਹਾਂ, ਆਪਾਂ ਕੋਈ ਨਿੱਕੀ ਜਿਹੀ ਹਰਕਤ ਕਰਕੇ ਉਹਨਾਂ ਲੋਕਾਂ ਦਾ ਦਿਲ ਨਾ ਟੁੱਟਣ ਦੇਈਏ ਯਾਰ। ਇਹਦੀ ਇੱਕ ਇਹ ਤਰੀਕਾ ਹੋ ਸਕਦਾ ਵੀ ਸਾਨੂੰ ਹਰੇਕ ਨੂੰ ਆਪਦੇ ਆਪ ਨੂੰ ਜਰਨੈਲ ਸਮਝਣਾ ਪਊਗਾ ਯਾਰ। ਹਰੇਕ ਟਰਾਲੀ 'ਚ ਬੈਠੇ ਮੁੰਡੇ ਨੂੰ, ਹਰੇਕ ਮਾਈ ਨੂੰ, ਹਰੇਕ ਬਜ਼ੁਰਗ ਨੂੰ, ਹਰੇਕ ਉਹ ਨੱਚਣ ਵਾਲੇ ਮੁੰਡੇ ਨੂੰ ਵੀ ਇਹ ਸੋਚਣਾ ਪਊਗਾ ਵੀ ਯਾਰ ਇਹ ਮੇਰਾ ਅੰਦੋਲਨ ਹੈ। ਇਉਂ ਨਹੀਂ ਸੋਚਣਾ ਵੀ ਯਾਰ ਮੇਰੇ ਪੰਜਾਂ 'ਚੋਂ ਦੇ ਨੱਚਣ ਨਾਲ ਕੀ ਹੋਜੂ, ਇਉਂ ਸੋਚਣਾ ਪਊ ਵੀ ਯਾਰ ਜੇ ਮੈਥੋਂ ਇੱਕ ਗਲਤੀ ਹੋ ਗਈ ਤਾਂ ਸਾਰਾ ਨੁਕਸਾਨ ਹੋਜੂ, ਇਹ ਸਾਰੀ ਗੱਲ ਮੇਰੇ 'ਤੇ ਹੀ ਖੜੀ ਆ। ਇਉਂ ਮਹਿਸੂਸ ਕਰੋ ਯਾਰ, ਇਹ ਸਾਡੇ ਘਰ ਦਾ ਕੰਮ ਆ ਯਾਰ, ਇਹ ਆਪਾਂ ਕਿਸੇ ਲਈ ਤਾਂ ਆਏ ਨਹੀਂ, ਇਹ ਤਾਂ ਆਪਾਂ ਆਪਦੇ ਲਈ ਆਏ ਹਾਂ। ਪਰ ਹੁਣ ਇਹ ਸਾਰੀ ਦੁਨੀਆ ਦਾ ਬਣ ਗਿਆ, ਮੈਂ ਵਾਰੀ ਵਾਰੀ ਤਾਂ ਹੀ ਮਿਹਨਤ ਕਰਦਾ ਵੀਰ ਬਣ ਕੇ, ਵੀਰ ਬਣ ਕੇ ਆਪਾਂ ਨੱਚੀਏ ਨਾ ਯਾਰ। ਆਪਾਂ 70 ਤੇ ਬੈਠੇ ਹਾਂ ਯਾਰ, ਜਦੋਂ ਪਿਛਲੇ ਹਫ਼ਤੇ ਉੱਥੋਂ ਲਿੱਧਣ ਵਾਲੇ ਮੁੰਡੇ ਦੀ ਮੈਂ ਲਾਸ਼ ਚੱਕ ਕੇ ਪਿੰਡ ਨੂੰ ਤੋਰੀ ਆ ਨਾ, ਤਾਂ ਉੱਥੇ ਖੜੇ ਮਾਹੌਲ ਦਾ, ਉੱਥੇ ਮਾਵਾਂ ਸਾਡੀਆਂ ਯਾਰ ਚਿੱਤ ਪੁੱਛੇ ਹੀ ਜਾਂਦਾ ਸੀ, ਬਸ 3 ਨਿਆਣੇ ਨੇ ਉਹਦੇ, ਇੱਕ 8 ਸਾਲਾਂ ਦਾ, ਇੱਕ 10 ਸਾਲਾਂ ਦੀ ਕੁੜੀ ਆ, ਇੱਕ 12 ਸਾਲਾਂ ਦਾ। ਸਟਾਲਿਨ ਕਿਵੇਂ ਯਾਰ ਉਹਦੀ ਲਾਸ਼ ਲੈ ਕੇ ਪਿੰਡ ਵੜਿਆ ਹੋਊਗਾ? ਇਹ ਚੀਜ਼ਾਂ ਨੂੰ ਮਹਿਸੂਸ ਕਰੀਏ ਯਾਰ, ਰੋਜ਼ ਤਾਂ ਆਪਣੇ ਸਰਕਾਰ ਕਤਲ ਕਰ ਰਹੀ ਆ। ਤਾਂ ਵੀਰ ਬਣ ਕੇ ਤੁਹਾਨੂੰ ਹੋ ਸਕਦਾ ਗੱਲ ਮੇਰੀ ਭੈੜੀ ਲੱਗੇ, ਪਰ ਮੈਂ ਮਿਹਨਤ ਕਰਦਾ ਆ, ਨੱਚਣ ਨੁੱਚਣ ਵਾਲਾ ਆਪਾਂ ਕੰਮ ਬੰਦ ਕਰੀਏ ਯਾਰ, ਮਾੜਾ ਜਿਹਾ ਸਹਿਰ ਤੋਂ ਹੋਈਏ, ਮੋਰਚੇ 'ਤੇ ਆਪਾਂ ਸੰਘਰਸ਼ 'ਤੇ ਹਾਂ, ਆਪਾਂ ਬਰੂਦ 'ਤੇ ਬੈਠੇ ਹਾਂ, ਆਪਾਂ ਮੋਦੀ ਦੇ 70 'ਤੇ ਬੈਠੇ ਹਾਂ।
सो मैं थोड़े बड़ा सियाना नहीं, बस ओही दो गल्लां थोड़े नाल करूंगा। गल रौंदिया हजारां मूहरे कले जिहड़े खड़े आ इतिहास विच कोके उन्हां बंदियां ने जिहड़े आ हारदे नहीं हुंदे कदे मर्द दलेर। बस हौसले बना के तुसीं बंब रखियो, आपां जित्तांगे जरूर जारी जंग रखियो, असीं जित्तांगे जरूर जारी जंग रखियो। जो बोले सो निहाल। वाहेगुरु जी का खालसा, वाहेगुरु जी की फतेह।